ਅੱਜ ਵੀਰ ਆਊਗਾ। ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਲਓ ਜੀ ਰਾਤ ਮੀਂਹ ਪੈ ਚੁੱਕਿਆ ਥੋੜ੍ਹਾ ਜਿਹਾ ਫਤਿਹਗੜ੍ਹ ਸਾਹਿਬ ਦੇ ਵਿੱਚ, ਅਤੇ ਬਹੁਤਾ ਜ਼ਿਆਦਾ ਵੀ ਨਹੀਂ ਹੋਇਆ, ਜਾਣੀ ਮਤਲਬ ਇੰਨਾ ਕੁ ਲੱਗਦਾ ਵੀ ਹਾਂ ਵੀ ਖੇਤ ਤੱਕ ਥੋੜ੍ਹੀ ਬਹੁਤੀ ਗਿੱਲ ਜੀ ਕਰ ਗਿਆ। ਬਹੁਤ ਟਾਈਮ ਦੀ ਉਡੀਕ ਸੀ ਬਾਰਿਸ਼ ਦੀ ਵੀ ਹਾਂ ਵੀ ਚਲੋ ਪਊਗੀ ਮਾੜੀ ਜਿਹੀ ਗਰਮੀ 'ਚ ਰਾਹਤ ਆਵੇ। ਟੈਂਪਰੇਚਰ ਵੀ ਤਕਰੀਬਨ 45-45 ਤੱਕ ਜਾ ਕੇ ਮੁੜਦਾ ਤਾ ਵਾਪਸ, ਦੁਪਹਿਰ ਦਾ 3-4 ਕੁ ਵਜੇ ਵਾਲਾ ਟਾਈਮ ਤਾਂ ਐਂ ਹੋ ਜਾਂਦਾ ਤਾ ਵੀ ਬਸ ਏਸੀ ਵੀ ਕੰਮ ਕਰਨਾ ਬੰਦ ਕਰ ਦਿੰਦਾ ਸੀ, ਅਤੇ ਲੇਜ਼ਰ ਕਿਰਾਏ ਦਾ ਵੀ ਕੰਮ ਥੋੜ੍ਹਾ ਚੱਲ ਰਿਹਾ ਜੀ ਮੀਂਹ ਪੈਣ ਕਰਕੇ। ਅੱਜ ਹੁਣ ਲੇਜ਼ਰ ਕੱਢੇ, ਇੱਕ ਟਰੈਕਟਰ ਤਵੀਆਂ ਪਾ ਕੇ ਭੇਜਿਆ ਆਪਾਂ ਨੇ, ਇਹਦੇ ਪਿੱਛੇ ਪਾਉਣਾ ਰੂਟਾਵੇਟਰ, ਥੋੜ੍ਹੀ ਜਿਹੀ ਵਹਾਈ ਕਰਨੀ ਰੂਟਾਵੇਟਰ ਨਾਲ, ਬੱਤੀ ਨਾਲ ਵਾਹੁਣਾ, ਅਤੇ ਇਹਨੂੰ ਰੂਟਾ ਅੱਜ ਕੱਢਿਆ ਬਹੁਤ ਦਿਨਾਂ ਬਾਅਦ। ਦੇਖੋ ਧੋ ਤੂੰ ਕੈਨ ਬਣਾਈ ਵਿੱਚ ਗੱਲਬਾਤ, ਅੰਦਰ ਖੜ੍ਹੇ ਦੇ ਵੀ ਨਾ ਗਰਦਾ ਪੈ ਜਾਂਦਾ ਉੱਥੇ, ਹੈ ਨਾ, ਦੇਖ ਲੈ ਇਹਨੇ ਇਹਨੇ ਟੂਟੀ ਵਾਲੀ ਮਸ਼ੀਨ ਤੇ ਬਾਅਦ ਅੱਜ ਕੱਢਿਆ ਬਾਹਰ, ਅੱਜ ਕੱਢਿਆ ਉੱਦਣ ਦਾ ਰੈਸਟ ਭਰਿਆ, ਰੈਸਟ ਭਰਿਆ ਬਿਲਕੁਲ ਬਿਲਕੁਲ। ਅਤੇ ਅੱਜ ਹੁਣ ਰੂਟਾਵੇਟਰ 'ਤੇ ਚੈੱਕ ਕਰਨਾ ਇਹਨੂੰ, ਉਹਦੀ ਗਰਾਰੀਆਂ ਚੇਂਜ ਕਰਨ ਦੀ, ਆਪਾਂ ਨੇ ਦੇਖਦੇ ਵੀ ਕਿਵੇਂ ਪਾਉਂਦਾ ਪੜਾਂਗੇ ਪੂਰੇ ਕਿ ਨਹੀਂ ਪਾਉਂਦਾ, ਕੱਪੜਾ ਕੁੱਪੜਾ ਮਾਰ ਕੇ ਲੈ ਜਾਂਦੇ ਹਾਂ ਜੀ, ਰੂਟਾਵੇਟਰ ਪਾਉਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ। ਹਵਾ ਮਾਰਤੀ ਕਹਿੰਦੇ ਕੱਪੜਾ ਮਾਰਨ ਵਾਲਾ ਤਾਂ ਨਾ ਹਵਾ ਜਾਂ ਪਾਣੀ ਮਾਰ ਦੇਵੇ, ਬਹੁਤ ਫਰਕ ਰਹਿੰਦਾ ਟਰੈਕਟਰਾਂ ਦਾ, ਕੱਪੜਾ ਤਾਂ ਰੰਗ ਖਰਾਬ ਕਰਦਾ। ਆਦੇ ਹੁਣ ਅੱਜ ਕਰਤੱਬ ਜੇ ਦਿਖਾਊਗਾ, ਅੱਜ ਕਰਤੱਬ ਦਿਖਾਊਗਾ, ਰਹਿਣ ਦੇ ਪਿੰਨ ਕੱਢੇ ਹੋਏ ਤੇ ਕਿਹੜੇ? ਆਹਾ ਇੱਕ ਕੱਢੇ ਹੋਏ ਤੂੰ, ਅੱਛਾ ਉੱਪਰਲੇ ਚਪਾ ਇੱਧਰ ਤਾਂ ਪਊਗਾ ਤੂੰ ਪਾ, ਅੱਛਾ ਇੱਧਰੋਂ ਪੈਣ ਨਹੀਂ ਯਾਰ ਸੇਮ ਹੀ ਦੇਖ ਲੈ ਵੀਰੇ, ਦੇਖ ਲੈ ਸਾਡਾ ਪੁੱਠਾ ਜਿਹਾ ਕੰਮ ਹੈ ਯਾਰ, ਇਹ ਮਹਿੰਦਰੇ ਵਾਲੇ ਪੁੱਠੇ ਕਹਤੇ ਹੁੰਦੇ ਆ, ਮਹਿੰਦਰੇ ਵਾਲੇ ਨਹੀਂ ਪੁੱਠੇ, ਤੁਸੀਂ ਸੀਟ ਪਰ ਬੈਠ ਕੇ ਕਦੇ ਭਾਈ ਨਹੀਂ ਮੈਨੂੰ, ਅੱਛਾ ਸਾਨੂੰ ਪਤਾ ਨਹੀਂ, ਦੇਖ ਲੈ ਮੈਨੂੰ ਕਹਿੰਦਾ ਲਓ ਜੀ ਪਹਿਲਾਂ 36 ਚੀਜ਼ਾਂ ਤਾਂ ਅੱਗੇ ਤੇ ਸਾਈਡ ਕਰਨੀਆਂ ਪੈਂਦੀਆਂ, ਕਹਿੰਦਾ ਤਾਰਾ ਪਾਲ ਪਾ ਕੇ 3600 ਦੁੱਖ ਤੋੜ ਕੇ ਹੁਣ ਆਪਾਂ ਰੂਟਾਵੇਟਰ ਕੋਲ ਪਹੁੰਚੇ, ਹੁਣ ਰੂਟਾਵੇਟਰ ਕੋਲ ਪਹੁੰਚਿਆ, ਪਹਿਲਾਂ ਉਹ ਟਰਾਲੀ ਸਾਈਡ ਕਰੀ, ਆਹ ਸਗੰਜਾ ਪੁੱਠਾ ਕਰਿਆ ਤੇ ਉਹ ਫਿਰ ਬਿੱਢ ਸੱਕ ਕੇ ਸਾਈਡ 'ਚ ਕਰਿਆ, ਪੱਲੀਆਂ ਚੱਕੀਆਂ ਉੱਪਰ ਤੇ, ਹਾਂ ਤੇ ਹੁਣ ਪਾਣੀ ਮਾਰ ਕੇ ਫਿਰ ਰੂਟਾਵੇਟਰ ਖੇਤਾਂ 'ਚ ਲੈ ਕੇ ਜਾਣਾ ਆਪਾਂ ਨੇ, ਹੁਣ ਪਾ ਲਈਏ ਪਹਿਲਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ, ਸੋ ਮਿਲਦੇ ਹਾਂ ਜੀ ਰੂਟਾਵੇਟਰ ਪਾਉਣ ਤੋਂ ਬਾਅਦ। ਲੈ ਬਈ ਅੱਜ ਮੁੰਡਾ ਲੱਗਿਆ ਆਪ ਕੋ ਸਭ ਆਪ ਮੂਹਰੇ ਹੋਏ ਆ ਅੱਜ, ਕਹਿੰਦੇ ਨੀ ਹੁੰਦੇ ਆਥੂ ਆਥੂ ਕੋ ਸਾਹਿਬ ਹੋਊਗਾ, ਮੈਂ ਹੁਣ ਕੋ ਸਾਹਿਬ ਆਪ ਆਪ ਮੂਹਰੇ ਹੋਏ ਅੱਜ, ਇਹ ਤਾਂ ਬਸ ਉਹ ਕੰਮ ਆ ਵੀ ਧੋ ਕੇ ਲੈ ਕੇ ਜਾਊਂਗੀ, ਇੱਕ ਵਾਰੀ ਜੀ ਸਾਫ਼ ਸੁਥਰੀ ਸੋਹਣੀ ਲੱਗਦੀ ਆ, ਉੱਥੇ ਜਾ ਕੇ ਭਾਵੇਂ ਜਾਂਦੀ ਸਾਰੇ ਲਿਬੜ ਜਾਵੇ, ਅਸੀਂ ਇੱਕ ਵਾਰੀ ਬਾਈ ਘਰ ਤੋਂ ਧੋ ਕੇ ਲੈ ਕੇ ਜਾਂਦੇ ਹਾਂ। ਸਰਪ੍ਰਾਈਜ਼ ਹੋਣਾ ਜੀ ਬੜੀ ਜਲਦੀ, ਹਾਂ ਵੀਰੇ ਸੱਚ ਤੁਹਾਨੂੰ ਕਿਸੇ ਨੂੰ ਦੱਸਣਾ ਨਹੀਂ ਹਲੇ, ਆਉਣਾ ਆਪਣੇ ਕੋਲ ਹਫ਼ਤਾ ਵੀ ਲੱਗ ਸਕਦਾ, ਦੋ ਵੀ ਲੱਗ ਸਕਦੇ, ਜਿਹੜੀ ਹਫ਼ਤਾ ਕੁ ਲੱਗੂਗਾ, ਹਾਂ ਚੀਜ਼ ਬੜੀ ਸੋਹਣੀ ਹੋਣੀ ਆ ਬਣ ਕੇ ਆਪਣੇ ਵਾਸਤੇ, ਤੇ ਉਹ ਇਹ ਇਹਦੇ ਵਾਸਤੇ ਹੋਣੀ ਆ, ਇਹਨੇ ਉਹ ਜ਼ਿਆਦਾ ਇਹ ਆਇਆ ਜਾਂਦੀ ਚੀਜ਼ਾਂ ਵਧੀਆ ਆ ਰਹੀ ਹੈ, ਦੋਵਾਂ ਦੀ ਬੁੱਕ ਦੇ ਹਾਂ, ਨਾਲ ਟਰਾਲੀ ਵੀ ਇਹਦੇ ਕਰਕੇ ਆਈ ਸੀ, 16 ਫੁੱਟੀ ਨੂੰ ਤਾਂ ਇਹ ਕੁਝ ਸਮਝਦਾ ਹੀ ਨਹੀਂ, ਆਪਾਂ ਨੂੰ ਹੋਰ ਬੜੀ ਕਰਾਉਣੀ ਪੈਣੀ ਹੈ, ਜਿਹੜੇ ਹਿਸਾਬ ਨਾਲ ਗੋਲੇ ਪੈ ਗਏ ਤੇ ਸਾਰੀ ਐਂ ਟੈਨਸ਼ਨ ਪੈ ਗਈ ਸੀ 16 ਦੀ ਭਾਜੀ, ਹਾਂ ਇਹ ਤਾਂ ਹੈ, ਹੈ ਕੱਢਦੇ ਮਿੱਟੀ ਮੁੱਟੀ ਜੀ ਸਾਰੀ ਗੱਲ ਦਲੇ ਤੇ ਉਹ ਜੰਮ ਉਹਨੇ ਫੇਰ ਜੰਮ ਜਾਣਾ,
ਤੇ ਕਰ ਮਰਜੀ ਮੋਟਰ ਬੰਦ ਹੁੰਦਾ ਸਾਰੀ ਉਹ ਸੜਕ ਘੇਰਦਾ ਆਉਂਦਾ ਹੁੰਦਾ ਆਪਣੇ ਗਰਾਰੀਆਂ 'ਚ ਵੀ ਕਰੀਆਂ ਰੋਟਾਵੇਟਰ ਦੀਆਂ ਹੁਣ ਥੋੜ੍ਹੇ ਚੱਕਰ ਵਧਾਏ ਆ ਪਹਿਲਾਂ ਨਾਲ ਅਤੇ ਹੁਣ ਪਹਿਲਾਂ ਨਾਲ ਮਲਾਈ ਥੋੜ੍ਹੀ ਜਿਹੀ ਜ਼ਿਆਦਾ ਕਰਦਾ ਬਰੀਕ ਪਾਵਰ ਲਾ ਕੇ ਤਾਂ ਦੇਖ ਲਾ ਮਾੜਾ ਜਿਹਾ ਵੀ ਕਿਵੇਂ ਜਾਂਦਾ ਦੇਖ ਲਾ ਨੋਰਮਲ ਚ ਕਰ ਦੱਬ ਰਿਹਾ ਤਾਂ ਪਾਵਰ ਜਿਹੜੀ ਉੱਠ ਕੱਢ ਰਿਹਾ ਬਾਈ ਜੀ ਸਤਿ ਸ਼੍ਰੀ ਅਕਾਲ ਕਲਰ ਲੋਡ ਕਰ ਪਹਿਲਾਂ ਆਪਣਾ ਕਲਰ ਮਿਸਤਰੀ ਪਹਿਲਾਂ ਦੱਸ ਤੇਰਾ ਹਾਲ ਚਾਲ ਠੀਕ ਹੈ ਵਧੀਆ ਜੀ ਤੂੰ ਮੁੜ ਕੇ ਦਰਸ਼ਨ ਨਹੀਂ ਦਿੱਤੇ ਤਾਂ ਦਰਸ਼ਨ ਹੁਣ ਸਿਆਲ ਚ ਦਿਖਾਊਂਗਾ ਗਰਮੀ ਚ ਨਾ ਤੰਗ ਕਰੇ
ਖੁਸ਼ਪ੍ਰੀਤ ਅੰਦਰੋਂ ਚੱਕ ਪੋ ਫੋਲੀਆਂ ਬੀਜ ਥੋੜਾ ਜਿਹਾ ਡਿਊਟੀਆਂ ਅੱਜ ਦੀਆਂ ਬੜੀਆਂ ਸਖ਼ਤ ਹੈ ਤੇ ਦੂਆ ਟਰੈਕਟਰ ਆ ਗਿਆ ਇਹਦੇ ਪਿੱਛੇ ਹੁਣ ਗੋਗੀ ਨੇ ਤਵੀਆਂ ਪਾ ਲਈਆਂ ਪਾਈਆਂ ਵੀ ਹੈਗੀਆਂ ਇਹ ਹੁਣ ਜਾ ਕੇ ਬਸੀਨ ਵਾਲਾ ਦੂਜਾ ਪਾਉਣਾ ਇਹਨੇ ਇਹ ਲੇਜ਼ਰ ਕਰਾਹ ਵਾਲਾ ਟਰੈਕਟਰ ਕੱਢ ਕੇ ਪਾਇਆ ਭਾਈ ਇਹਨੂੰ ਉਹਦੇ ਪਿੱਛੇ ਹੁਣ ਰੂਟਾ ਬੈਟਰੀ ਪਾ ਕੇ ਰੱਖਣਾ ਪੱਖਾ ਇਹਦੇ ਪਿੱਛੇ ਪਾ ਲਿਆ ਸੁਹਾਗਾ ਜਿਹੜੀ ਖੇਤਾਂ 'ਚ ਰੂੜੀ ਗੱਡੀ ਆਪਾਂ ਨੇ ਰੂੜੀ ਵਾਲੇ ਪਰ ਮਾਰਨਾ ਇਸ ਨਾਲ ਦੇ ਨਾਲ ਇੱਕ ਟਰੈਕਟਰ ਗਿਆ ਵੈ ਮੋਟਰਾਂ ਦੀ ਉਹ ਜਿਹੜੀ ਆਪਣੀ ਡਿਲੀਵਰੀ ਜੀ ਹੁੰਦੀ ਉਹ ਚੱਕਣ ਵਾਸਤੇ ਡਿਲੀਵਰੀ ਨਹੀਂ ਮਤਲਬ ਮੋਟਰਾਂ ਕੱਢਣੀਆਂ ਜਿਹੜੀਆਂ ਕੋਈ ਖਰਾਬ ਰੂ ਕਰਦੀਆਂ ਮਾੜੀ ਮੋਟੀ ਉਹ ਮੋਟਰਾਂ ਦੇਖਣੀਆਂ ਹੁਣ ਸੈੱਟ ਕਰਨੀਆਂ ਸਾਰੀਆਂ ਉੱਪਰ ਚੱਕ ਲਾ ਥੋੜ੍ਹੀ ਜੀ ਅਤੇ ਹੁਣ ਪਾਏ ਹਾਂ ਚੱਲੇ ਮੋਟਰ ਨੂੰ ਸੁਹਾਗਾ ਪਾ ਲਿਆ ਆਪਾਂ ਨੇ ਛੋਟੇ ਵਾਲਾ ਚੰਡੀ ਸਰਹੰਦ ਅਤੇ ਚੱਲਦੇ ਹਾਂ ਹੁਣ ਮੋਟਰ ਉੱਪਰ ਕਹਿੰਦੇ ਮੇਰੇ ਵੀਰੇ ਉਹ ਜੰਡੂ ਸਰਹੰਦ ਵਾਲਿਆਂ ਦੀਆਂ ਤਵੀਆਂ ਅਤੇ ਥੋੜ੍ਹਾ ਜਿਹਾ ਹੋਰ ਚੱਲ ਚਾ ਠੀਕ ਹੈ ਬਹੁਤ ਆ ਉਰੇ ਆਰਾਮ ਨਾਲ ਬਾਈ ਚੱਲ ਚੌਥੇ ਲੋਹ 'ਚ ਮੀਂਹ ਘੱਟ ਪਿਆ ਅਰੇ ਜਿੰਨਾ ਪੈਣਾ ਚਾਹੀਦਾ ਤਾਂ ਕੁੜੀ ਨੂੰ ਮੋੜਨੀ ਸੁੱਕਾ ਪਿਆ ਹਲੇ ਫੁੱਲ ਨਾ ਖੋਲਦੀ ਇੱਕ ਬਹੁਤ ਹੈ ਲਓ ਜੀ ਚੱਲ ਰਹੀ ਹੈ ਬਾਈ ਦੂਰ ਕਰਤਾ ਇਹਦੇ ਬਾਅਦ ਹੁਣ ਉਹ ਉੱਧਰ ਕਿੱਲਿਆਂ 'ਚ ਲੱਗਣਾ ਉੱਧਰ ਵੱਜ ਲਿਆ ਸੁਹਾਗਾ ਇਹਨੇ ਰੂੜੀ ਦੇ ਉੱਪਰ ਟਾਪ ਲੋ ਜੇ ਦੇਖੋ ਕਿੰਨਾ ਭੱਜਦਾ ਨਿਕਲਦੇ ਆ ਗਲੇ ਉੱਧਰ ਕਿੱਲੀਆਂ ਘਟਾ ਦੇਣੀਆਂ ਨੇ ਡਲੇ ਪੜ ਦੇਣੇ ਇਹ ਜੇ ਡਲੇ ਪੜਦੇ ਲੇਜ਼ਰ 'ਚ ਫਿਰ ਲੋਟਣੀਆਂ ਉਹਨੇ ਆ ਖੁੰਚਾ ਜਿਹਾ ਪੱਟਣ ਵਾਸਤੇ ਨੇ ਛੋਟੇ ਲੋਟ ਕਰਿਆ ਉੱਪਰ ਨੂੰ ਘੁਮਾ ਲਿਆ ਕਰ ਹੋਰ
ਖੇਤਾਂ 'ਚ ਕੱਢੀ ਸੀ ਰੂੜੀ ਅਸੀਂ ਨੇ, ਉਹ ਆਪਣੀ ਲੱਗੀ ਮੋਟਰ ਪਿੱਛੇ, ਤੇ ਇਹਨਾਂ 'ਚ ਹੁਣ ਸੁਹਾਗਾ ਫੇਰ ਰਿਹਾ, ਤਾਂ ਕਿ ਮਿਕਸ ਹੋ ਰਹੀ ਹੈ ਅਤੇ ਪਿੱਛੇ ਉੱਧਰ ਗੋਗੀ ਨਾਲ ਦੀ ਨਾਲ ਤਵੀਆਂ ਹਲਕੀ ਹਲਕੀ ਪਟਾਈ ਕਰ ਰਹੇ, ਕਿਉਂਕਿ ਇਹ ਇਹਨਾਂ 'ਚ ਨਾ ਲੇਜ਼ਰ ਫੇਰਨਾ, ਫਿਰ ਹਲਕੀ ਹਲਕੀ ਪਟਾਈ ਕਰ ਰਹੇ ਡਾਕਰ ਆ ਪਿਓਰ, ਅਤੇ ਫਿਰ ਨਾ ਡਲੇ ਉੱਠ ਕੱਢਦੇ ਨੇ, ਮੀਂਹ ਨਹੀਂ ਪਿਆ ਸਵਾਦ ਵਾਲਾ ਹਾਲੇ, ਬਸ ਊਈ ਸਮਾਨ ਜਿਹਾ ਅੰਦਰ ਕਰਾ ਗਿਆ, ਜਾਣੀ ਕਹਿਣ ਦਾ ਭਾਵ ਬਾਹਰ ਪਈਆਂ ਤੇ ਜਿਹੜੇ ਡਰਿੱਲਾਂ ਡਰੁੱਲਾਂ ਉਹ ਲੈਟਰਾਂ ਸੈਟਰਾਂ ਉਹ ਕਹਿੰਦਾ ਅੰਦਰ ਚੱਕ ਲਓ, ਬਸ ਵਾਰਨਿੰਗ ਦੇ ਗਿਆ ਇੱਕ, ਬਾਕੀ ਦੇਖੋ ਕੀ ਬਣਦਾ ਹਾਲੇ ਅੱਗੇ ਅੱਗੇ, ਗਰਮੀ ਤਾਂ ਅੱਜ ਵੀ ਬਹੁਤ ਹੈ। ਜਿਹੜਾ ਜਿਹੜਾ ਕੰਮ ਤੁਸੀਂ ਹੁਣ ਕਹਿ ਕੇ ਹਟੇ, ਲਓ ਜੀ ਅੱਜ ਮੋਟਰਾਂ ਕੱਢ ਰਹੇ ਹਾਂ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੋਰ, ਆ ਦੇਖੋ ਅੱਜ ਮੋਟਰਾਂ ਦੀ ਚੈਕਿੰਗ ਹੋ ਰਹੀ ਹੈ, ਮੋਟਰ ਕਰੰਟ ਮਾਰ ਦਿੱਤੀ, ਮੋਟਰ ਤੇ ਪਹੁੰਚੇ ਪਿਆ ਉੱਧਰ ਚੱਲ ਰਿਹਾ ਰੂਟਾ ਉਹ ਤਵੀਆਂ ਤੇ, ਹੋ ਅੰਕਲ ਤੂੰ ਕੀ ਕਹਿ ਲਿਆ ਤਾ ਵੀ ਏਸੀ ਸਾਲਾ ਲਿਆ, ਤੈਨੂੰ 5 ਦਿਨ ਹੋ ਗਏ ਸੁਣਦਾ, ਤੂੰ ਦੱਸ ਬਈ ਤੇਰਾ ਏਸੀ ਕਿੰਨੇ ਦਿਨ ਹੋ ਗਏ? 3 ਦਿਨ ਤਾਂ ਹੋ ਗਏ ਤੁਹਾਡੇ ਏਸੀ ਨੂੰ ਪਏ ਨੂੰ, 4 ਦਿਨ 3 ਦਿਨ ਹੋ ਗਏ ਇਹਦਾ ਏਸੀ ਪਏ ਨੂੰ, ਫਿੱਟ ਇਹਦਾ ਵੀ ਨੀ ਹੋ ਰਿਹਾ, ਤੁਹਾਡਾ ਕੀ ਕੰਮ ਹੈ? ਤੁਸੀਂ ਏਸੀ ਲਿਆ ਕੇ ਘਰ ਰੱਖ ਲੇ, ਕੋਲ ਬੈਠਿਆ ਲੜਾ ਕੇ ਬੋਲਦਾ ਨੀ, ਏਸੀ ਨੂੰ ਮੇਜ਼ ਪਰ ਰੱਖ ਲਿਆ, ਹਾਂ ਮੈਂ ਤਾਂ ਆਇਓ ਕਿਹਾ ਤਾ ਇਹਨੂੰ ਮੇਜ਼ ਪਰ ਰੱਖ ਕੇ ਆਪਣਾ ਪੱਖਾ ਲਾ ਕੇ ਪੈ ਗਿਆ, ਮੈਂ ਕਰਦਾ ਜਿੱਦਾਂ ਉਸ ਹੋਰ ਤਰੀਕੇ ਵਾਲਾ ਏਸੀ ਲਾ ਕੇ ਪੰਜਾਬ ਵਾਲਾ, ਤੈਨੂੰ ਤਾਂ ਮੈਂ ਮੋੜ ਤੇ ਸਵੇਰ ਦੇ ਮਹਾ ਮੇਰੇ ਘਰਾਂ ਨਾਲ ਵੜਦੀ ਤੂੰ ਦੁਕਾਨ ਤੇ ਆਉਗੀ ਏਸੀ ਉਹਦੇ ਨਾਲ ਵੜਦੀ, ਮਹਾ ਕਿਹੜੀ ਕੰਪਨੀ ਦਾ ਲਿਆਂਦਾ ਤੁਸੀਂ? ਸੈਮਸੰਗ ਦਾ। ਅੱਛਾ ਉਹ ਤੁਹਾਨੂੰ ਕਿੰਨੇ ਦਿੱਤਾ? ਮੈਂ ਕਿਹੜਾ ਲੈਂਦਾ ਬਾਈ, 37000 ਦਾ, ਇਹਨੂੰ ਦਵਾਇਆ ਐਲਜੀ ਦਾ, ਕਿੰਨੇ ਦਾ? ਇਹਦਾ ਆਇਆ 42 ਦਾ, ਪੂਰਾ ਗਰੰਟੀ ਬਰੰਟੀ ਵਾਲਾ, ਤੇ ਲੈ ਲਾ ਡਬਲ ਇਨਵਰਟਰ ਹੈ, ਹਾਂ ਡਬਲ ਡਬਲ ਇਨਵਰਟਰ, ਕਿੰਨੇ ਸਟਾਰ ਆ? 3 ਅੱਛਾ ਬਸ ਉਹ ਸਟਾਰ ਨਹੀਂ ਮਹਿੰਗਾ ਕਰਤਾ ਇੱਕ ਇਹਦੇ ਵਾਲਾ, 5000 ਦਾ ਕਹਿੰਦੇ ਦੇਖੋ, ਹਾਂ ਬਸ ਉਹੀ 4 ਨੂੰ ਕਹਿੰਦਾ ਫਲੀ ਇੱਕ ਪਰਚੀ ਤੈ ਲਾ ਦੇਣੀ ਦੀ ਮੂਹਰੇ ਤੋੜ, ਆਹੋ ਸਟਾਰ ਦਾ ਆਪਾਂ ਜਿੰਨੇ ਮਰਜ਼ੀ ਲਵਾ ਲਾ, ਬੜਾ ਤੂੰ ਵੀ ਟਾਈਟ ਕਰ ਫੇ ਕਾਲੇ ਬਾਈ ਮੰਗ ਨੂੰ, ਕਹਦੇ ਮੈਂ ਸ਼ਾਮ ਨੂੰ ਉੱਥੇ ਆਇਆ, ਆ ਮੇਰੀ ਸੁਣ ਲੈ ਗੱਲ, ਆ ਇੱਕ ਮਿੰਟ, ਆ ਨਹੀਂ ਸੁਣ ਤਾਂ ਲੈ, ਉਹ ਮੇਰੀ ਗੱਲ ਤਾਂ ਸੁਣ ਲੈ, ਆਪਾਂ ਨੂੰ ਪੈ ਜਾਣਾ ਘਾਟਾ ਸੋਨੀ, ਏਸੀ ਤਾਂ ਪਹਿਲੇ ਨੀ ਪੂਰਾ ਹੋ ਰਿਹਾ, ਤੈਨੂੰ ਪਤਾ ਆਪਾਂ ਨੂੰ ਕਿਹੜੇ ਲਹੂਰਾਂ ਨਾਲ ਏਸੀ ਮਿਲਿਆ, ਆਪਾਂ ਇੰਨੇ ਤੱਤੇ ਨੀ ਆਉਣਾ, ਕੋਈ ਨਾ ਸਾਲਾ ਲਾਈ ਜੂਗਾ ਅੱਜ, ਆਹ ਗਰੈਂਡਰ ਕਿਵੇਂ ਕਿਹੜੇ ਹਿਸਾਬ ਨਾਲ ਚਲਾਉਂ, ਤੇਰਾ ਭਲਾ ਹੋ ਜੇ, ਬੜੇ ਤਕੜੇ ਕੰਮ ਕਰੀ ਫਿਰਦਾ ਇਹ, ਅੱਗ ਨਾ ਲੱਗ ਜਾਵੇ ਕੁੱਪਾਂ ਨੂੰ, ਆਹ ਸੋਨੀ ਨੂੰ ਇਹਦੇ ਵਾਸਤੇ ਬੁਲਾਇਆ ਉਰੇ, ਚੱਲਦਾ ਫਿਰਦਾ ਮਿਸਤਰੀ ਬਾਈ ਖੇਤਾਂ ਤੇ ਮੋਟਰ ਹੈ, ਤੂੜਾ ਨਾ ਦਿੰਦਾ ਤੂੜਾ, ਵਾ ਤੂੜਾ ਨਾ ਦਿੰਦਾ ਹੈ, ਕਹਿੰਦਾ ਨਿਆਣੇ ਗਾਲਾਂ ਕੱਢਦੇ, ਕਹਿੰਦਾ ਵੀ ਏਸੀ ਨਹੀਂ ਲਵਾਉਂਦਾ, ਏਸੀ ਕਹਿੰਦਾ ਲਿਆਂਦਾ ਘਰੇ ਪਿਆ, ਕਹਿੰਦਾ ਮੈਂ ਕਿਆ ਕਰਾਂ ਹੁਣ, ਨਿਆਣੇ ਗੁੱਸੇ ਹੋ ਰਹੇ ਆ, ਕਹਿੰਦਾ ਦੱਸ ਮੁੰਡਾ ਰੋਜ਼ ਗੁੜਗੁੜ ਕਰਦਾ, ਕੋਈ ਨਾ ਵੀ ਮੁੰਡਾ ਇੱਕ ਨਹੀਂ ਕਰਦਾ, ਰੋਜ਼ ਗੁੜਗੁੜ ਕਰਦਾ, ਤੁਹਾਨੂੰ ਤੁਹਾਡੇ ਨਿਆਣੇ ਕਿਆ ਕਰਦੇ ਆ, ਤੇ ਆਵਾਜ਼ ਤੁਸੀਂ ਸੁਣ ਲਈ ਹੋਣੀ ਜੀ ਅੱਜ, ਤੇ ਆਪਾਂ ਤੁਹਾਡੇ ਨਾਲ ਰੂਬਰੂ ਕਰਾਉਣਾ, ਵੀਰ ਨੂੰ ਆਪਣੇ ਵੀਰ ਨੂੰ ਰੂਬਰੂ ਕਰਾਉਣਾ, ਹਾਂ ਤੇ ਮਿਲਾ ਦੀਏ ਫਿਰ ਕੋਈ, ਵੀਰ ਜੀ ਆਏ ਨੇ ਜੀ ਸੰਧੂ ਫਾਰਮ ਜੋਧਾ ਵਾਲੇ, ਬਹੁਤ ਚੰਗਾ, ਮਤਲਬ ਗੋਗੀ ਨਾਲ ਗੱਲਬਾਤ ਬਹੁਤ ਟਾਈਮ ਦੀ ਹੁੰਦੀ ਹੈ, ਮੈਂ ਇਹਨੂੰ ਝਟਕਦਾ ਹੁੰਦਾ ਤਾਂ ਵੀ ਤੂੰ ਤੰਗ ਕਰਦਾ ਜ਼ਿਆਦਾ, ਹੈ ਨਾ, ਤੇ ਵੀਰ ਦਾ ਸ਼ੁਕਰੀਆ ਧੰਨਵਾਦ, ਬਹੁਤ ਜ਼ਿਆਦਾ ਚੰਗਾ, ਬਹੁਤ ਜ਼ਿਆਦਾ
ਸਾਰਾ ਦਿਨ ਕੱਢਿਆ ਅੱਜ ਸਾਡੇ ਲਈ, ਸਾਨੂੰ ਵੀ ਬੜੇ ਖੁਸ਼ੀ ਵਾਲੀ ਗੱਲ ਹੈ। ਹੁਣ ਅਸੀਂ ਵੀ ਸਾਰਾ ਦਿਨ ਲੈ ਕੇ ਆਉਣਾ, ਇੰਨਾ ਟਾਈਮ ਤਾਂ ਕੋਈ ਰਿਸ਼ਤੇਦਾਰ ਨੀ ਲਾ ਕੇ ਜਾਂਦਾ ਜਿੰਨਾ ਲਾ ਕੇ, ਹੁਣ ਆਪਾਂ ਵੀ ਰਾਤ ਤੇ ਲੈ ਕੇ ਆਉਣਾ। ਖੇਤੀਬਾੜੀ ਬਹੁਤ ਕਰਦੇ ਆ, ਸਿੱਖਣ ਨੂੰ ਬਹੁਤ ਕੁਛ ਮਿਲਿਆ ਹਨਾ, ਸਾਡੇ ਕਿਵੇਂ ਦਾ ਹਿਸਾਬ ਕਿਤਾਬ ਆ, ਅਸੀਂ ਸਾਰਾ ਡਿਸਕਸ ਕਰਿਆ। ਚਲੋ ਏਦਾਂ ਹੀ ਆ ਨਾ, ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ, ਚੰਗਾ ਲੱਗਦਾ ਵੀਰੇ ਜਿਹੜੇ ਇੱਕ ਦੂਜੇ ਆਪਾਂ ਖੇਤੀ ਕਰਦੇ ਆ, ਉਹੀ ਆੜੀ ਵਧੀਆ ਲੱਗਦੇ ਆ ਜਿਹੜੇ ਆਪਣੇ ਵਰਗਾ ਕੰਮ ਕਰਦੇ, ਜੋ ਰੀਅਲ ਆ, ਜੋ ਰੀਅਲ ਆ, ਰੀਅਲ ਆ। ਸਾਡੀ ਬਹੁਤ ਟਾਈਮ ਦੀ ਗੱਲਬਾਤ ਚੱਲਦੀ ਰਹਿੰਦੀ ਹੈ ਵੀ ਹਾਂ ਪਟਿਆਲੇ ਤੇ ਆ ਕੇ ਮੁੜ ਜਾਂਦੇ ਆ, ਮੈਕੜੀ ਕੋਲ ਤੇ ਮੁੜ ਜਾਂਦੇ ਆ, ਥੋੜੇ ਆ ਗਏ ਨਾ, ਤੇ ਅੱਜ ਗੱਡੀ ਪਿੰਡ ਵੱਲ ਮੋੜੇ ਲਈ ਫਿਰ ਪੀਨੇ, ਸਾਨੂੰ ਕੋਈ ਟੋਕਣੇ ਵਾਲਾ ਨੀ, ਅਸੀਂ ਸਵੇਰੇ ਮੱਕੀ ਵੱਢ ਕੇ ਚਲੇ ਜਾਣਾ। ਬਿਲਕੁਲ 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 ਬਿਲਕੁਲ।